ਤੇ ਹੁਣੇ ਹੁਣੇ ਪਤਾ ਚੱਲਿਆ ਕਿ ਉਹ ਜਿਹੜਾ ਲੜਕਾ ਹੈ 17 ਸਾਲ ਦਾ ਉਹ ਇੱਥੋਂ ਸਿਵਲ ਹਸਪੀਟਲ ਤੋਂ ਭੱਜ ਗਿਆ ਹੈ। ਅਤੇ ਪਲੀਜ਼ ਤੁਸੀਂ ਆਪਣੇ ਆਸ ਪੜੋਸ ਨੂੰ ਅੱਗੇ ਵੀ ਮੇਰਾ ਮੈਸੇਜ ਫੋਰਵਰਡ ਕਰ ਦਿਉ ਜੇ ਕਿ ਸਾਰੇ ਆਪੋ ਆਪਣੀ ਕੇਅਰ ਕਰਨ, ਘਰੋਂ ਬਾਹਰ ਨਾ ਨਿਕਲਣ, ਕਿਉਂਕਿ ਉਹਦਾ ਪਰਪਸ ਹੈਗਾ ਹੈ ਕਿ ਮੈਂ ਇਹ ਫੈਲਾਉਣਾ ਹੈ। ਕਿਸੇ ਤਰ੍ਹਾਂ ਕਾ ਵੀ ਰੂਮਰ ਔਰ ਪੈਨਿਕ ਇਸ ਬਾਤ 'ਤੇ ਨਾ ਕ੍ਰੀਏਟ ਕੀਆ ਜਾਏ, ਕਿਉਂਕਿ ਕੁਛ ਖਬਰੇ ਆ ਰਹੀ ਹੈ ਕਿ ਜੋ ਪੇਸ਼ੈਂਟ ਹੈ ਉਹ ਭਾਗ ਗਿਆ, ਉਹ ਸਭ ਬਿਲਕੁਲ ਹੀ ਕਾਰ ਖਬਰੇ ਹੈ, ਐਸਾ ਕੁਛ ਨਹੀਂ ਹੈ। ਲੜਕਾ ਬਿਲਕੁਲ ਠੀਕ ਹੈ, ਹੋਸਪਿਟਲ ਮੇਂ ਹੈ ਇਸ ਸਮੇਂ, ਉਸਕੀ ਹੈਲਥ ਬਾਰ ਬਾਰ ਚੈੱਕ ਕੀ ਜਾ ਰਹੀ ਹੈ। ਖਬਰ ਲੈਂਦੇ ਹਾਂ ਕਪੂਰਥਲੇ ਤੋਂ। ਜੇ ਗੱਲ ਕਰੀਏ ਇਹਨਾਂ ਦਿਨਾਂ ਵਿੱਚ ਬਹੁਤ ਸਾਰੀਆਂ ਵਟਸਐਪ ਗਰੁੱਪ ਦੇ ਵਿੱਚ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਕੁਛ ਲੋਕ ਹੈ ਜੋ ਹਸਪਤਾਲ ਵਿੱਚੋਂ ਭੱਜ ਚੁੱਕੇ ਨੇ ਔਰ ਉਹ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਨੇ, ਮੰਗਦੇ ਨੇ ਔਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ। ਜਦੋਂ ਤੁਸੀਂ ਉਹਨਾਂ ਦੀ ਹੈਲਪ ਵਾਸਤੇ ਅੱਗੇ ਆਉਂਦੇ ਹੋ ਤਾਂ ਤੁਹਾਡੇ ਮੂੰਹ 'ਤੇ ਥੁੱਕ ਦਿੰਦੇ ਨੇ, ਜਾਂ ਹੋਸਪਿਟਲ ਦੇ ਵਿੱਚੋਂ ਜਿਹੜੇ ਇਸ ਮਹਾਂਮਾਰੀ ਦਾ ਸ਼ਿਕਾਰ ਪੋਜ਼ਿਟਿਵ ਲੋਕ ਪਾਏ ਗਏ ਨੇ ਉਹ ਫਰਾਰ ਹੋ ਚੁੱਕੇ ਨੇ। ਇਸ ਤਰ੍ਹਾਂ ਦੀ ਇੱਕ ਆਡੀਓ ਵਾਇਰਲ ਕੀਤੀ ਗਈ ਸੀ ਔਰ ਕਪੂਰਥਲਾ ਪੁਲਿਸ ਨੇ ਮਤਲਬ ਉਸ ਦੀ ਇਸ ਆਡੀਓ ਦੇ ਤਹਿਤ ਮਾਮਲਾ ਦਰਜ ਕਰ ਲਿਆ, ਉਸ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਔਰ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਉਹ 17 ਸਾਲ ਦਾ ਨੌਜਵਾਨ ਹੈ ਜਿਹੜਾ ਕਿ ਇਸ ਮਹਾਂਮਾਰੀ ਦਾ ਸ਼ਿਕਾਰ ਪੋਜ਼ਿਟਿਵ ਪਾਇਆ ਗਿਆ ਔਰ ਸਰਕਾਰੀ ਹੋਸਪਿਟਲ ਦੇ ਵਿੱਚੋਂ ਭੱਜਣ ਦਾ ਮਤਲਬ ਇੱਕ ਝੂਠੀ ਆਡੀਓ ਬਣਾ ਕੇ ਉਹ ਵਾਇਰਲ ਕਰ ਦਿੱਤੀ ਅਤੇ ਉਸ ਔਰਤ ਦੇ ਖਿਲਾਫ਼ ਬਣਦੀ ਹੋਈ ਕਾਨੂੰਨੀ ਕਾਰਵਾਈ ਦੇ ਤਹਿਤ ਪਰਚਾ ਵੀ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਜੀ DSP ਸਾਹਿਬ ਹਰਿੰਦਰ ਸਿੰਘ ਗਿੱਲ ਹੋਰਾਂ ਨੇ ਔਰ ਕਪੂਰਥਲਾ ਤੋਂ ਡਿਪਟੀ ਕਮਿਸ਼ਨਰ ਮੈਡਮ ਦੀਪਤੀ ਉੱਪਲ ਜੀ ਨੇ ਇਸ ਸੰਬੰਧੀ ਜਾਣਕਾਰੀ ਹੋਰ ਕੀ ਦਿੱਤੀ ਹੈ, ਆਓ ਸੁਣਦੇ ਹਾਂ। ਹਾਂਜੀ, ਹੈਲੋ ਟੀਚਰਸ, ਉਹ ਯਾਰ ਗੱਲ ਸੁਣੋ ਧਿਆਨ ਦੇ ਨਾਲ। ਆ ਜਿਹੜਾ ਅੱਜ ਨਵਾਂ ਕੇਸ ਆਇਆ ਸੀ ਨਾ ਆਪਣਾ ਕੋਟਕ ਕਲਾ ਖਾਂ ਪਿੰਡ, ਜਿਹੜਾ ਵੀ ਕੋਟ ਕਲਾਰ ਖਾਂ ਪਿੰਡ ਦਾ, ਹਨਾ, ਉਹ ਲੜਕਾ ਦਿੱਲੀ ਗਿਆ ਸੀ ਤੇ ਉਹਦਾ ਕੇਸ ਆਇਆ ਸੀ ਤੇ ਅੱਜ ਤਰੀਕ ਹੈਗੀ ਹੈ ਸੋਮਵਾਰ ਤਰੀਕ 6 ਅੱਜ, ਠੀਕ ਹੈ। ਅੱਜ ਉਹਨੂੰ ਸਿਵਲ ਹੋਸਪਿਟਲ 'ਚ ਐਡਮਿਟ ਕਰਵਾਇਆ ਸੀ ਤੇ ਇਸ ਗੱਲ ਦੀ TV 'ਚ ਵੀ ਨਿਊਜ਼ ਆ ਰਹੀ ਸੀ ਤੇ ਹੁਣੇ ਹੁਣੇ ਪਤਾ ਚੱਲਿਆ ਹੈ ਕਿ ਉਹ ਜਿਹੜਾ ਲੜਕਾ ਹੈ 17 ਸਾਲ ਦਾ ਉਹ ਇੱਥੋਂ ਸਿਵਲ ਹੋਸਪਿਟਲ ਤੋਂ ਭੱਜ ਗਿਆ ਹੈ। ਅਤੇ ਪਲੀਜ਼ ਤੁਸੀਂ ਆਪਣੇ ਆਸ ਪੜੋਸ ਨੂੰ ਅੱਗੇ ਵੀ ਮੇਰਾ ਮੈਸੇਜ ਫੋਰਵਰਡ ਕਰ ਦਿਉ ਜੇ ਕਿ ਸਾਰੇ ਆਪੋ ਆਪਣੀ ਕੇਅਰ ਕਰਨ, ਘਰੋਂ ਬਾਹਰ ਨਾ ਨਿਕਲਣ, ਕਿਉਂਕਿ ਉਹਦਾ ਪਰਪਸ ਹੈਗਾ ਹੈ ਕਿ ਮੈਂ ਇਹ ਫੈਲਾਉਣਾ ਹੈ, ਠੀਕ ਹੈ। ਇਹ ਨਾ ਹੋਏ ਕਿ ਰਾਹ ਜਾਂਦੇ ਜਾਂਦੇ ਕੋਈ ਆਪਣਾ ਥੁੱਕ ਲਗਾ ਜੇ ਜਾਂ ਕਿੱਦਾਂ ਵੀ ਕਰੇ ਜਾਂ ਸੈਲੀਬਾ ਆਪਣਾ ਸੁੱਟ ਦੇਵੇ, ਕਿਸੇ ਦਾ ਪੈਰ ਲੱਗ ਕੇ ਅੰਦਰ ਆ ਜਾਏ, ਹੈ ਨਾ, ਕਿਸੇ ਤਰ੍ਹਾਂ ਵੀ। ਅਤੇ ਪਲੀਜ਼ ਇਹ ਮੇਰਾ ਮੈਸੇਜ ਸਾਰੇ ਟੀਚਰਸ ਆਪਣੇ ਆਪਣੇ ਗਾਂ ਰਿਸ਼ਤੇਦਾਰਾਂ ਨੂੰ, ਆਪਣੇ ਆਸ ਪੜੋਸ ਨੂੰ ਫੋਰਵਰਡ ਕਰ ਦਿਉ ਕਿ ਆਪਣੀ ਕੇਅਰ ਆਪ ਕਰਨ, ਉਹ ਲੜਕਾ ਹੋਸਪਿਟਲ ਤੋਂ ਭੱਜ ਗਿਆ, ਹੁਣੇ ਸਾਨੂੰ ਪਤਾ ਚੱਲਿਆ, ਠੀਕ ਹੈ ਜੀ, ਓਕੇ, ਥੈਂਕ ਯੂ। ਜ਼ਿਲ੍ਹਾ ਕਪੂਰਥਲਾ ਮੇਂ ਹਮਾਰਾ ਕੋਵਿਡ ਪੋਜ਼ਿਟਿਵ ਇੱਕ ਕੇਸ ਆਇਆ ਹੈ। ਯੇ ਲੜਕਾ ਜੋ ਹੈ ਕੋਟ ਕਰਾਰ ਵਿਲੇਜ ਮੇਂ ਵਹਾਂ ਪੇ ਮਸਜਿਦ ਮੇਂ ਥਾ, ਤਬਲੀਗੀ ਜਮਾਤ ਕੇ ਸਾਥ ਐਸੋਸੀਏਟਿਡ, ਔਰ ਯੇ ਯਹਾਂ ਪੇ ਆਏ ਹੋਏ ਥੇ ਕਰੀਬਨ ਕਪੂਰਥਲਾ ਕੋਟ ਕਰਾਰ ਖਾਂ ਮੇਂ ਕਰੀਬਨ 21 ਲੋਕ ਆਏ ਹੋਏ ਥੇ। ਇਨ ਸਭ ਕੇ ਟੈਸਟ ਕੀਏ ਗਏ, ਕਿਸੀ ਮੇਂ ਸਿਮਟਮਸ ਨਹੀਂ ਥੇ, ਲੇਕਿਨ ਇਨ ਸਭ ਕੇ ਟੈਸਟ ਕੀਏ ਗਏ ਥੇ ਔਰ ਉਸ ਟੈਸਟ ਮੇਂ ਇਸ ਲੜਕੇ ਕਾ ਪੋਜ਼ਿਟਿਵ ਰਿਜ਼ਲਟ ਆਇਆ ਹੈ। ਜੋ ਬੱਚਾ ਹੈ ਹੀ ਹੈਜ਼ ਬਿਨ ਸ਼ਿਫਟਿਡ ਟੂ ਦਾ ਸਿਵਲ ਹੋਸਪਿਟਲ, ਆਈਸੋਲੇਸ਼ਨ ਵਾਰਡ ਜੋ ਹਮਾਰਾ ਯਹਾਂ ਬਣਾ ਹੁਆ ਹੈ ਵਹਾਂ ਪੇ ਹੈ, ਔਰ ਉਨਕੀ ਹੈਲਥ ਇਸ ਸਮੇਂ ਬਿਲਕੁਲ ਠੀਕ ਹੈ। ਕਿਸੀ ਤਰ੍ਹਾਂ ਕੇ ਵੈਸੇ ਸਿਮਟਮਸ ਉਨਮੇਂ ਨਹੀਂ ਥੇ, ਹੀ ਵਾਜ਼ ਅਸਿਮਟੋਮੈਟਿਕ, ਬਟ ਸਿੰਸ ਟੈਸਟ ਮੇਂ ਪੋਜ਼ਿਟਿਵ ਥਾ ਤੋ ਹੀ ਹੈਜ਼ ਬਿਨ ਸ਼ਿਫਟਿਡ ਹੇਅਰ। ਉਨਕੇ ਸਾਥ ਜੋ ਔਰ ਲੋਕ ਥੇ ਉਨ ਸਭਕੇ ਵੀ ਟੈਸਟ ਹਮਨੇ ਕਰਵਾਏ ਥੇ, ਵੋ ਸਭ ਨੈਗੇਟਿਵ ਆਏ ਹੈ। ਤੋ ਦੇਰ ਇਜ਼ ਓਨਲੀ ਵਨ ਕੇਸ ਕੋਵਿਡ ਪੋਜ਼ਿਟਿਵ ਕੇਸ ਇਨ ਕਪੂਰਥਲਾ ਐਜ਼ ਆਫ ਨਾਓ। ਇਨਕੀ ਕੋਂਟੈਕਟ ਟ੍ਰੇਸਿੰਗ ਜਿਨਕੇ ਸਾਥ ਯੇ ਔਰ ਮਿਲੇ ਹੈ ਵੋ ਵੀ ਹਮਨੇ ਕਰ ਲੀ ਹੈ, ਕਰੀਬਨ 20 ਲੋਕ ਹੈ ਜਿਨਕੇ ਸਾਥ ਇਨਕਾ ਕੋਂਟੈਕਟ ਰਹਾ ਹੈ। ਉਨ ਸਭਕੇ ਸੈਂਪਲਸ ਵੀ ਆਜ ਹਮਨੇ ਲੈ ਕੇ ਭੇਜ ਦੀ ਹੈ ਔਰ ਹੋਪਫੁਲੀ ਹਮਾਰੇ ਪਾਸ ਕੱਲ ਤੱਕ ਰਿਜ਼ਲਟ ਆ ਜਾਏਂਗੇ। ਜਿਨਕੀ ਕੋਂਟੈਕਟ ਟ੍ਰੇਸਿੰਗ ਕੀ ਗਈ ਹੈ ਵੋ ਵੀ ਸਾਰੇ ਇਸ ਸਮੇਂ ਕੁਆਰੰਟੀਨਡ ਹੈ, ਔਰ ਕੋਟ ਕਰਾਰ ਖਾਂ ਜੋ ਵਿਲੇਜ ਹੈ ਉਸਕੋ ਵੀ ਪੂਰੀ ਤਰ੍ਹਾਂ ਸੇ ਸੀਲ ਕਰ ਦਿਆ ਗਿਆ ਹੈ, ਕੰਟੇਨ ਕਰ ਦਿਆ ਗਿਆ ਹੈ। ਵਹਾਂ ਜੋ ਵੀ ਫੈਸਿਲਿਟੀਜ਼ ਅਬ ਪ੍ਰੋਵਾਈਡ ਕੀ ਜਾਏਂਗੀ ਵੋ ਬਾਏ ਗਵਰਨਮੈਂਟ ਕੀ ਜਾਏਂਗੀ। ਉਸਕੇ ਸਾਥ ਸਾਥ ਬਫਰ ਜ਼ੋਨ ਮੇਂ ਜਿਤਨੇ ਵੀ ਵਿਲੇਜਿਸ ਆ ਰਹੇ ਹੈ, ਕਰੀਬਨ 14 ਵਿਲੇਜਿਸ ਹੈ, ਉਨ ਸਭਕੋ ਵੀ ਹਮਨੇ ਸੀਲ ਕਰਾ ਹੈ। ਉਧਰ ਵੀ ਜੋ ਫੈਸਿਲਿਟੀਜ਼ ਹੈ ਵੋ ਸਰਕਾਰ ਹੀ ਯਾ ਐਡਮਿਨਿਸਟ੍ਰੇਸ਼ਨ ਕੇ ਥਰੂ ਹੀ ਵਹਾਂ ਜਾਏਗੀ, ਲੋਗੋਂ ਕੀ ਮੂਵਮੈਂਟ ਵਹਾਂ ਸੇ ਅੰਦਰ ਬਾਹਰ ਨਹੀਂ ਹੋ ਸਕੇਗੀ।
किसी तरह का भी र्यूमर और पैनिक इस बात पे ना क्रिएट किया जाए, क्योंकि कुछ खबरें आ रही हैं कि जो पेशेंट है वो भाग गया, वो सब बिल्कुल ही बेकार खबरें हैं, ऐसा कुछ नहीं है। लड़का बिल्कुल ठीक है, हॉस्पिटल में है इस समय, उसकी हेल्थ बार बार चेक की जा रही है, इस तरह की कोई बात नहीं है। जिस तरह का भी र्यूमर है उसके ऊपर स्ट्रिक्ट एक्शन एडमिनिस्ट्रेशन एंड पुलिस के द्वारा लिया जा रहा है। साथ साथ में मैं ये बताना चाहूँगी कि कोट करार खान में भी इस समय हमने क्वारंटीन सेंटर एक अलग भी बना दिया है, कि अगर वहाँ पे हर एक फैमिली मेंबर को चेक किया जा रहा है, अगर किसी में कोई सिम्टम्स दिखेंगे तो हम उनको पहले उस क्वारंटीन सेंटर में वहाँ पे शिफ्ट कर देंगे, और अगर रिक्वायरमेंट होगी तो आगे टेस्ट किया जाएंगे। आज हमारी करीबन 80% वहाँ पे चेकिंग हो चुकी है, किसी में ऐसे कोई सिम्टम्स नहीं आए। उसके साथ साथ जो बफर जोन के विलेजेस हैं वहाँ भी साथ में हमने चेकअप करना शुरू कर दिया है सारे हाउस होल्ड्स का, और अभी तक ऐसा कोई और सिम्टोमेटिक केस या किसी में किसी तरह की प्रॉब्लम नहीं नज़र आ रही। मैं यही आपसे अपील करना चाहूँगी, क्योंकि लॉकडाउन अभी हमारा चल रहा है, कर्फ्यू भी हमारा चल रहा है, तो हमें उस कर्फ्यू में उसको सक्सेसफुल बनाना है, अपने लिए ही सक्सेसफुल बनाना है। जैसे हमेशा कहा गया है, आप सब अपने घर में रहिए, ज़रूरत के काम के लिए बाहर निकलें, झुंड में मत निकलिए। जब भी निकलते हैं एक जो डिस्टेंस मेंटेन करना है, जो अनिवार्य है आपको निकलना, तो उसमें डिस्टेंस ज़रूर मेंटेन कीजिए। एडमिनिस्ट्रेशन आपके लिए ही काम कर रही है, किसी तरह की कोई ज़ोर ज़बरदस्ती नहीं है, लेकिन अपनी हेल्थ को सेव करने के लिए, अपनी फैमिली को सेव करने के लिए काइंडली जो हमारी तरफ से आप लोगों के लिए जो जो भी हम दिशा निर्देश दे पाते हैं, काइंडली उसको पूरी तरह से इम्प्लीमेंट कीजिए। और एक चीज़ और, किसी तरह का भी कोई र्यूमर जो है, क्योंकि ये गवर्नमेंट की तरफ से भी बिल्कुल क्लियर है और आप जानते भी हैं सुप्रीम कोर्ट की तरफ से बिल्कुल क्लियर हो गया, किसी तरह का भी जो र्यूमर कोविड को लेकर फैलाया जाएगा उसके ऊपर स्ट्रिक्ट एक्शन लिया जाएगा। जैसे आज का ही मैं पेशेंट का ही बता रही हूँ कि इस तरह की न्यूज़ फैलनी शुरू हो गई थी, उसके ऊपर भी FIR लॉन्च कर दी गई है। तो लेट अस बी पॉजिटिव इन दिस एटमॉस्फेयर, और हम सब मिलके काम करें तो हम जल्दी ही कोई अच्छा इसके ऊपर रिजल्ट लेके आ सकेंगे। थैंक यू। साडे मानयोग DGP साहब दीआं हिदायतां मुताबक और साडे SSP सतिंदर सिंह दे दिशा निर्देश तहत असीं अज एक मामला दर्ज किया जो कोरोना वायरस संबंधी झूठियां अफवाहां फैला रहे हैगे आ। इस संबंधी असीं एक मुकदमा दर्ज किया जो अज सोशल मीडिया उत्ते ते व्हाट्सएप उत्ते एक वॉइस मैसेज वायरल होया सी, जिहदे विच एक लेडी जिहड़ी हैगी आ उहो इह अफवाह फैला रहे आ वी कोट करार खां पिंड दे विच एक करोना वायरस संबंधी एक व्यक्ति जिहड़ा हैगा उह उहदी रिपोर्ट जिहड़ी पॉजिटिव पाई गई सी, जो कि साडे इत्थे सिविल हॉस्पिटल दे विच आइसोलेशन सेंटर च रख्या गया है। उहनां दे कहण मुताबक वी इह जिहड़ा मरीज़ आ इत्थों भज गया और ये भज के जिहड़ा हैगा ये वख-वख थावां दे उत्ते ये जिहड़ा वायरस ये फैला रहा हैगा, जिहड़ी कि जिहड़ी गल बिल्कुल बेबुनियाद ते झूठी आ। इस संबंधी जिहड़ा असीं मुकदमा दर्ज किया, मुकदमा नंबर 110 डेटड 7/4/2020 अंडर सैक्शन 505 188 IPC 54 डिजास्टर मैनेजमेंट एक्ट 2005 और सैक्शन 3 एपेडमिक डिजीज एक्ट जिहड़ा हैगा 1897 तहत और 120B तहत यह मामला सिटी थाने विच दर्ज किया गया। मैं आप जी के तहत यह मैसेज देना चाहना भी इस संबंधी कोई भी समाज के विच सोशल मीडिया के उत्ते जां उदां कोई झूठी अफवाह फैला रहा हैगा तो उन्हां खिलाफ़ जो बनती सख्त कानूनी कार्रवाई वो अमल च लिआंदी जाऊगी। और मेरी आप जी थ्रू जिहड़ी है सारे समाज नूं और यह बेनती है भी इस तरह के झूठियां अफवाहों के उत्ते बिल्कुल विश्वास ना किया जाए, और जे अगे तो भी इहो जिहा कोई मैसेज जां कोई होर वीडियो कोई वायरल करेगा उहदे खिलाफ़ बनती कानूनी कार्रवाई की जाऊगी। मैं अपने ये मोढ़िया ते गोढ़ियां तो बहुत दुखी सी, मेरे लिए तो तुरना फिरना भी इन्ना औखा होया सी मैं दस भी नहीं सकता, पर जब तो मैनू फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो, सिर्फ 2.5-3 महीने ये 125 बीमारियां तक दे इलाज कर सकता है, फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी, मैनू मेरे दोस्त ने ऑयल फी रिलीफ वाले दस्या,
ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।